ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਦੁਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦੇ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਬਰਨ ਜਾਤ ਕੋ ਪੁੱਛੈ ਨਾਹੀ ਬਾਛ ਹੈ ਚਰਨ ਰਵਾਰੋ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਕਰਕੇ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਸ਼ਬਦ ਕੀਰਤਨ ਦਰਸ਼ਨ ਦੀਦਾਰਿਆਂ ਦੇ ਨਾਲ ਆਨੰਦ ਮਾਣ ਰਹੇ ਹੋ। ਖਾਲਸਾ ਜੀ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਦਾ ਸਮਾਂ ਹੋਇਆ। ਆਓ ਪਿਆਰ ਸਤਿਕਾਰ ਦੇ ਨਾਲ ਸ਼ਰਧਾ ਦੇ ਨਾਲ ਮਨ ਦੀ ਇਕਾਗਰਤਾ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਸੁਣੀਏ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਅੱਜ ਦੇ ਸ਼ਬਦ ਦੇ ਰਾਹੀਂ ਉਹਨਾਂ ਹਸਤੀਆਂ ਦੀ ਉਹਨਾਂ ਮਹਾਂਪੁਰਖਾਂ ਦੀ ਵਿਆਖਿਆ ਕਰਦੇ ਹਨ ਜਿਨ੍ਹਾਂ ਜਿਨ੍ਹਾਂ ਨੇ ਸਤਸੰਗਤ ਜੀ ਪੰਜ ਭੂਤਕ ਸਰੀਰ ਤਾਂ ਉਹਨਾਂ ਨੇ ਇਸ ਭਾਰਤ ਦੇ ਲੋਕ ਜਿਨ੍ਹਾਂ ਨੂੰ ਬਹੁਤ ਨੀਵਾਂ ਅਤੇ ਅਛੂਤ ਕਹਿ ਕਰਕੇ ਬੁਲਾਉਂਦੇ ਸਨ ਉਹਨਾਂ ਪਰਿਵਾਰਾਂ ਵਿੱਚ ਧਾਰਿਆ ਹੈ, ਪ੍ਰਬੰਧਕੀ ਕਰਕੇ ਦਿਖਾ ਦਿੱਤੀ ਹੈ, ਸੰਸਾਰ ਵਿੱਚ ਦਿਖਾ ਦਿੱਤਾ ਕਿ ਪਰਮਾਤਮਾ ਪ੍ਰੇਮ ਸਤਿਕਾਰ ਅਤੇ ਮਰਿਆਦਾ ਦਾ ਭੁੱਖਾ ਹੁੰਦਾ ਹੈ, ਨਾ ਕਿ ਊਚ ਨੀਚ ਦੇ ਵਿੱਚ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਰਹਾਉ ਦੀ ਤੁਕਾਂ ਦੇ ਨਾਲ ਬਚਨ ਦੱਸਦੇ ਹਨ, ਠਾਕੁਰ ਐਸੋ ਨਾਮ ਤੁਮਾਰੋ ਸਗਲ ਸ੍ਰਿਸ਼ਟ ਕੋ ਧਣੀ ਕਹੀਜੈ ਜਨ ਕੋ ਅੰਗ ਨਿਰਾਰੋ। ਆਪਣੇ ਭਗਤਾਂ ਦਾ ਉਹ ਖਾਸ ਕਰਕੇ ਸਾਰੇ ਸੰਸਾਰ ਦੀ ਪਾਲਣਾ ਤਾਂ ਕਰਦਾ ਹੈ ਪਰ ਆਪਣੇ ਭਗਤਾਂ ਦੀ ਖਾਸ ਕਰਕੇ ਭਗਤਾਂ ਦਾ ਖਾਸਮ ਖਾਸ ਸਹਾਇਕ ਹੁੰਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਟਿੱਕੇ ਬੈਠ ਜਾ, ਖੜਕਾ ਨਹੀਂ ਕਰਨਾ ਪੈਣਾ, ਜਿੱਥੇ ਬੈਠਣਾ ਬੈਠ ਜਾ, ਕਦੇ ਆਹ ਸਮਾਨ ਲਿਆਉਂਦਾ ਕਦੇ ਉਹ ਸਮਾਂ ਇੱਦਾਂ ਨਹੀਂ ਕਰਨਾ। ਉਹ ਮੈਂ ਜਿਹੜੀ ਗੱਲ ਕਹਿੰਦਾ ਨਾ ਇੱਥੇ ਬਹਿ ਜਾ ਟਿੱਕੇ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਪਾਵਨ ਸ਼ਬਦ ਬਖਸ਼ਿਸ਼ ਕਰਦੇ ਹਨ। ਆਓ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਓ, ਰਸਨਾ ਕਰੋ, ਪਵਿੱਤਰ ਉਚਾਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਗੁਜਰੀ ਮਹੱਲਾ ਪੰਜਵਾ ਦੁਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦੇ। ਸਤਸੰਗਤ ਜੀ, ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਗੋਜਰੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਸਤਿਗੁਰੂ ਜੀ ਦੋ ਪਦੇ ਦੋ ਪਦਿਆਂ ਵਾਲਾ ਸ਼ਬਦ ਹੈ। ਘਰ ਦੂਜਾ ਦੂਸਰੇ ਘਰ ਸੁਲਤਾਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਨੂੰ ਗਾਇਨ ਕਰਨ ਦੀ ਹਦਾਇਤ ਦਿੰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ। ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਉਹਦੀ ਪ੍ਰਾਪਤੀ ਤੋਂ ਬਾਅਦ ਹੀ ਮਨੁੱਖ ਦੀ ਕਲਿਆਣ ਹੁੰਦੀ ਹੈ। ਅੱਗੇ ਸ਼ਬਦ ਦੀ ਬਖਸ਼ਿਸ਼ ਕਰਦੇ ਹਨ। ਪਤਿਤ ਪਵਿੱਤਰ ਲੀਏ ਕਰ ਆਪਣੇ। ਮਹਾਰਾਜ ਵਾਹਿਗੁਰੂ ਨੇ ਜਿਹੜੇ ਸਾਧ ਸੰਗਤ ਜੀ ਸੰਸਾਰਿਕ ਬੋਲੇ ਸਨ, ਲੋਕਾਂ ਦੀਆਂ ਬੋਲੀਆਂ ਸਨ, ਅੱਜ ਵੀ ਹਨ, ਪਰ ਉਸ ਵਕਤ ਬਹੁਤ ਸਾਰੀਆਂ ਸਨ। ਤਾਂ ਉਹ ਸਾਧ ਸੰਗਤ ਜੀ ਉਹਨਾਂ ਦੇ ਨਾਮ ਬਿਲਕੁਲ ਲਾਸਟ ਸ਼ਬਦ ਵਿੱਚ ਆਉਣਗੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਪਤਿਤ ਪਵਿੱਤਰ ਲੀਏ ਕਰ ਆਪਣੇ। ਆਪਣਾ ਜਾਣ ਕਰਕੇ ਜਿਹੜੇ ਪਤਿਤ ਸਨ, ਪਰ ਜਦੋਂ ਪਵਿੱਤਰ ਪਰਮਾਤਮਾ ਦਾ ਨਾਮ ਜਪਿਆ ਹੈ ਤਾਂ ਉਹਨਾਂ ਨੂੰ ਆਪਣਾ ਕਰ ਲਿੱਤਾ ਹੈ। ਸਗਲ ਕਰਤ ਨਮਸਕਾਰ, ਸਾਰੇ ਫਿਰ ਉਹਨਾਂ ਨੂੰ ਨਮਸਕਾਰਾਂ ਕਰਦੇ ਹਨ। ਐਸੇ ਇਸ ਪਰਮਾਤਮਾ ਦੀ ਬੰਦਗੀ ਹੈ ਖਾਲਸਾ ਜੀ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਸਿੱਖੀ ਬਖਸ਼ਿਸ਼ ਕੀਤੀ ਹੈ ਨਾ ਇਹਨਾਂ ਨੂੰ, ਇਹ ਪਹਾੜੀਏ ਰਾਜੇ ਜਦੋਂ ਇੱਕ ਵਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਮੀਟਿੰਗ ਹੋਈ ਸੀ ਨਾ, ਤਾਂ ਉਹਨਾਂ ਨੇ ਬੜੇ ਤਾਣੇ ਮੀਣੇ ਮਾਰੇ ਸਨ ਸਤਿਗੁਰਾਂ ਨੂੰ। ਕਹਿੰਦੇ ਕਿ ਤੁਸੀਂ ਇਹ ਸਿੱਖ ਇਕੱਠੇ ਕੀਤੇ ਹਨ, ਸਭ ਗਰੀਬ ਸਭ ਜਿਹੜੇ ਅਨਪੜ੍ਹ ਇਕੱਠੇ ਕੀਤੇ ਹਨ। ਸੱਚੇ ਪਾਤਸ਼ਾਹ ਜੀ ਨੇ ਸ੍ਰੀ ਮੁਖ ਤੋਂ ਬਚਨ ਕੀਤਾ। ਮਹਾਰੇ ਕਹਿੰਦੇ ਇਨ ਗਰੀਬ ਸਿੱਖਣ ਕਉ ਦਿਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਜਿਨ੍ਹਾਂ ਨੂੰ ਤੁਸੀਂ ਨੀਵੇਂ ਔਰ ਬਹੁਤ ਹੀ ਗਰੀਬ ਜਾਣਦੇ ਹੋ ਨਾ, ਇਹਨਾਂ ਨੂੰ ਐਸੀ ਸਿੱਖੀ ਬਖਸ਼ਾਂਗੇ, ਐਸੀ ਪਾਤਸ਼ਾਹੀ ਬਖਸ਼ਿਸ਼ ਕਰਾਂਗੇ। ਯਾਦ ਕਰੇ ਹਮਰੀ ਗੁਰਿਆਈ, ਇਹ ਯਾਦ ਕਰਿਆ ਕਰਨਗੇ, ਸੰਸਾਰ ਯਾਦ ਕਰੇਗਾ ਕਿ ਸਿੱਖਾਂ ਦਾ ਕੋਈ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹੋਇਆ ਸੀ। ਸੋ ਇਸ ਪ੍ਰਕਾਰ ਸਤਸੰਗਤ ਜੀ ਸਗਲ ਕਰਤ ਨਮਸਕਾਰੋ, ਸਾਰੇ ਫਿਰ ਨਮਸਕਾਰਾਂ ਕਰਦੇ ਹਨ। ਅੱਜ ਖਾਲਸੇ ਦੇ ਅੱਗੇ ਦੁਨੀਆ ਝੁਕਦੀ ਹੈ। ਮਹਾਰਾਜ ਐਸੇ ਕਿਰਪਾਲੂ ਹਨ, ਉਸ ਵਾਹਿਗੁਰੂ ਨੂੰ ਜਿਨ੍ਹਾਂ ਜਿਨ੍ਹਾਂ ਨੇ ਯਾਦ ਕੀਤਾ ਹੈ ਨਾ। ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸਗਲ ਕਰਤ ਨਮਸਕਾਰੋ, ਫਿਰ ਸਾਰੇ ਉਹਨਾਂ ਨੂੰ ਨਮਸਕਾਰਾਂ ਕਰਦੇ ਹਨ। ਵਰਨ ਜਾਤ ਕੋ ਪੁੱਛੈ ਨਾਹੀ, ਕੋਈ ਵਰਨ ਉਹਨਾਂ ਦਾ, ਕੋਈ ਧਰਮ, ਕੋਈ ਜਾਤ ਕੋਈ ਨਹੀਂ ਪੁੱਛਦਾ ਹੈ। ਬਚ ਹੈ ਚਰਨ ਰਵਾਰੋ, ਬਸ ਉਹਨਾਂ ਦੇ ਚਰਨਾਂ ਦੀ ਰਵਾਰੋ ਧੂੜ ਹੀ ਬਾਛਦੇ ਹਨ। ਠਾਕੁਰ ਐਸੋ ਨਾਮ ਤੁਮਾਰੋ, ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਰੇ ਸ਼ਬਦ ਦੇ ਜੋ ਤੱਤ ਸਾਰ ਹੈ ਉਹ ਦੱਸ ਦੇਣ। ਠਾਕੁਰ ਐਸੋ ਨਾਮ ਤੁਮਾਰੋ, ਆਪ ਜੀ ਦਾ ਐਸਾ ਪਵਿੱਤਰ ਨਾਮ ਹੈ, ਕੈਸਾ ਹੈ? ਪਤਿਤ ਪਵਿੱਤਰ ਲੀਏ ਕਰ ਆਪਣੇ। ਪਤਿਤਾ ਨੂੰ, ਨੀਵਿਆਂ ਨੂੰ ਪਰਮਾਤਮਾ ਵਾਹਿਗੁਰੂ ਨੇ ਆਪਣਾ ਹੀ ਸਿੰਘਾਸਨ ਬਖਸ਼ ਦਿੱਤਾ ਹੈ। ਸਤਿਸੰਗਤ ਜੀ, ਰਮਾਇਣ ਤੁਲਸੀਦਾਸ ਜੀ ਦੀ ਲਿਖੀ ਹੋਈ ਹੈ।
ਪਹਿਲੀ ਰਮਾਇਣ ਵਾਲਮੀਕਿ ਜੀ ਦੀ ਲਿਖੀ ਹੋਈ ਹੈ, ਦੂਸਰੀ ਰਮਾਇਣ ਤੁਲਸੀਦਾਸ ਜੀ ਦੀ ਲਿਖੀ ਹੋਈ ਹੈ ਔਰ ਤੁਲਸੀਦਾਸ ਜੀ ਨੇ ਉਹ ਕਵਿਤਾ ਰੂਪ ਵਿੱਚ ਲਿਖੀ ਹੈ। ਜੋ ਸੰਸਕ੍ਰਿਤੀ ਅਸਲੀ ਰਮਾਇਣ ਹੈ ਉਹ ਉਹਨਾਂ ਦੀ ਲਿਖੀ ਹੋਈ ਹੈ ਵਾਲਮੀਕਿ ਜੀ ਦੀ। ਤਾਂ ਵਾਲਮੀਕਿ ਜੀ ਦਾ ਜਿਹੜਾ ਜੀਵਨ ਸੀ ਨਾ ਉਹ ਬਹੁਤ ਹੀ ਕਹਿ ਲਓ ਕਿ ਬੜੇ ਬੰਦੇ ਆਦਿਕ ਮਾਰਦੇ ਸਨ ਜਾਂ ਧਾੜਵੀ ਸਨ। ਕਹਿੰਦੇ ਜਦੋਂ ਪਰਮਾਤਮਾ ਨੇ ਕਿਰਪਾ ਕੀਤੀ ਨਾ ਕੋਈ ਸਾਧੂ ਜਾ ਰਹੇ ਸਨ, ਬੜੀ ਲੰਮੀ ਸਾਖੀ ਹੈ, ਟੋਕ ਮਾਤਰ ਬੇਨਤੀ ਕਰਦਾ ਹਾਂ। ਕਹਿੰਦੇ ਉਹ ਜਦੋਂ ਸਾਧੂ ਜਾ ਰਹੇ ਸਨ ਨਾ ਤਾਂ ਸਾਧੂਆਂ ਨੇ ਪੁੱਛਿਆ ਜਿੰਨੇ ਪਾਪ ਤੂੰ ਕਰ ਰਹੇ ਆਏ ਪਾਪਾਂ ਦਾ ਭਾਗੀ ਕੌਣ ਬਣੇਗਾ ਔਰ ਪਾਪ ਕਾਹਦੇ ਵਾਸਤੇ ਕਰਦਾ ਹੈ, ਲੁੱਟਮਾਰ ਕਾਹਤੋਂ ਕਰਦਾ ਹੈ। ਕਹਿੰਦਾ ਜੀ ਸਾਡੇ ਪਰਿਵਾਰ ਵਿੱਚ ਬੱਚੇ ਹਨ, ਬੀਬੀ ਹੈ, ਮਾਤਾ ਪਿਤਾ ਹਨ। ਤਾਂ ਸਾਧੂ ਸੰਤ ਕਹਿੰਦੇ ਠੀਕ ਹੈ, ਜਿਨ੍ਹਾਂ ਵਾਸਤੇ ਤੂੰ ਪਾਪ ਕਰ ਰਿਹਾ ਬੰਦੇ ਮਾਰਦਾ ਹੈ ਜਾਂ ਪੁੱਛ ਕੇ ਆ ਉਹ ਤੇਰੇ ਪਾਪਾਂ ਦੇ ਭਾਗੀ ਬਣਨਗੇ। ਘਰੇ ਗਿਆ ਪੁੱਛ ਕਰਕੇ ਫਿਰ ਸਾਧੂਆਂ ਕੋਲ ਆਇਆ, ਕਹਿੰਦਾ ਨਹੀਂ ਮਹਾਰਾਜ, ਉਹਨਾਂ ਸਾਰੇ ਪਰਿਵਾਰ ਨੇ ਜਵਾਬ ਦਿੱਤਾ ਹੈ ਕਿ ਤੁਸੀਂ ਆਪਣੇ ਕਰਮਾਂ ਦਾ ਆਪ ਫਲ ਭੋਗਣਾ ਹੈ, ਸਾਨੂੰ ਤਾਂ ਪੈਸਿਆਂ ਨਾਲ ਮਤਲਬ ਹੈ, ਧਨ ਦੌਲਤ ਨਾਲ ਮਤਲਬ ਹੈ। ਤਾਂ ਉਸ ਵਕਤ ਕਹਿੰਦੇ ਉਹਨਾਂ ਸਾਧੂਆਂ ਨੇ ਕਿਹਾ ਕਿ ਚੱਲ, ਉਹਨਾਂ ਦੇ ਜਦੋਂ ਚਰਨੀ ਪੈ ਗਏ ਨਾ ਵਾਲਮੀਕਿ ਜੀ ਤਾਂ ਉਹਨਾਂ ਨੇ ਨਾਮ ਦ੍ਰਿੜਾਇਆ, ਉਹ ਕਹਿੰਦੇ ਨਾਮ ਜਪ। ਕਹਿੰਦਾ ਕੀ ਜਪਾਂ? ਕਹਿੰਦੇ ਰਾਮ ਰਾਮ ਜਪਿਆ ਕਰ। ਤਾਂ ਸਾਰੀ ਉਮਰ ਤਾਂ ਅੱਧੀ ਤੋਂ ਵੱਧ ਉਮਰ ਜਿਹੜੀ ਸੀ ਉਹ ਨਿਕਲ ਗਈ ਸੀ ਲੁੱਟਮਾਰ ਕਰਦਿਆਂ, ਲੋਕਾਂ ਨੂੰ ਕਤਲ ਕਰਦਿਆਂ ਭਾਗ ਜਾਗੇ ਹਨ। ਕਹਿਣ ਲੱਗੇ ਜੀ ਰਾਮ ਨਾਮ ਮੇਰੇ ਤੋਂ ਨਹੀਂ ਬੋਲਿਆ ਜਾਣਾ। ਸੰਤ ਸਾਧੂ ਤ੍ਰਿਕਾਲਦਰਸ਼ੀ ਸਨ, ਜਾਣਗੇ ਕਿ ਪੁੱਠੇ ਕੰਮਾਂ ਵਿੱਚ ਜੀਵਨ ਲੰਘਿਆ ਹੈ, ਇਹਨੂੰ ਪੁੱਠਾ ਹੀ ਨਾਮ ਦਈਏ। ਕਹਿੰਦੇ ਫਿਰ ਮਰਾ ਮਰਾ ਕਰ ਲਏਗਾ, ਬੰਦਿਆਂ ਨੂੰ ਮਾਰਦਾ ਰਹਿੰਦਾ ਮਰਾ ਮਰਾ ਕਰ ਲਵੇਗਾ? ਖੁਸ਼ ਹੋ ਗਏ, ਕਹਿੰਦੇ ਹਾਂਜੀ ਮਰਾ ਮਰਾ ਕਰ ਲਵਾਂਗਾ। ਤਾਂ ਦੇਖੋ ਮਰਾ ਮਰਾ ਕਰੋ ਤੇ ਰਾਮ ਰਾਮ ਨਿਕਲਦਾ ਹੈ। ਤਾਂ ਸਾਧ ਸੰਗਤ ਜੀ ਕੋਈ ਕਲਪਿਤ ਸਾਖੀ ਨਹੀਂ ਹੈ, ਤੁਲਸੀਦਾਸ ਜੀ ਨੇ ਰਮਾਇਣ ਵਿੱਚ ਲਿਖਿਆ ਹੈ। ਕਹਿੰਦੇ ਉਲਟਾ ਨਾਮ ਜਪਤ ਜਗ ਜਾਣਾ ਵਾਲਮੀਕਿ ਭਇਓ ਬ੍ਰਹਮ ਸਮਾਨਾ। ਬ੍ਰਹਮ ਸਮਾਨ ਹੋ ਗਏ ਵਾਲਮੀਕਿ ਜੀ। ਅੱਜ ਵਾਲਮੀਕਿ ਜੀ ਦੀ ਰਮਾਇਣ ਨੂੰ ਨਮਸਕਾਰਾਂ ਹੁੰਦੀਆਂ। ਸੋ ਇੱਦਾਂ ਹੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਜਿਨ੍ਹਾਂ ਨੂੰ ਆਪਣੇ ਨਾਮ ਦੀ ਆਪਣੇ ਚਰਨਾਂ ਦੀ ਪਾਹੁਲ ਬਖਸ਼ੀ ਹੈ ਨਾ, ਠਾਕੁਰ ਐਸੋ ਨਾਮ ਤੁਮਾਰੋ ਐਸਾ ਨਾਮ ਹੈ ਕਿ ਉਹਨਾਂ ਨੂੰ ਨਮਸਕਾਰਾਂ ਹੁੰਦੀਆਂ ਹਨ। ਸਗਲ ਸ੍ਰਿਸ਼ਟ ਕੋ ਧਣੀ ਕਹੀਜੈ, ਉਹ ਸਾਰੀ ਸ੍ਰਿਸ਼ਟੀ ਦਾ ਧਣੀ ਹੈ, ਸਭ ਤੋਂ ਅਮੀਰ ਔਰ ਸਾਰਿਆਂ ਦਾ ਰਾਜਾ ਰੂਪ ਹੋ ਕਰਕੇ। ਜਾਨ ਕੋ ਅੰਗ ਨਿਰਾਰੋ, ਪਰ ਸਤ ਸੰਗਤ ਜੀ ਸਾਰੇ ਸ੍ਰਿਸ਼ਟੀ ਦਾ ਤਾਂ ਧਨਵਾਨ ਹੈ ਹੀ, ਧਣੀ ਕਹੀਜੈ, ਸਾਰੀ ਸ੍ਰਿਸ਼ਟੀ ਨੂੰ ਧਰਤੀ ਨੂੰ ਪਾਲਣ ਵਾਲਾ ਤਾਂ ਹੈ ਹੀ, ਪਰ ਜਨ ਕੋ ਅੰਗ ਨਿਰਾਰੋ, ਆਪਣੇ ਭਗਤਾਂ ਦਾ ਨਿਰਾਲਾ ਹੀ ਰਹਿੰਦਾ ਹੈ, ਭਗਤਾਂ ਦਾ ਆਪ ਸਹਾਇਕ ਹੁੰਦਾ ਹੈ। ਰਹਾਉ ਦਾ ਵਿਸਰਾਮ ਦੇ ਕਰਕੇ ਬਖਸ਼ਦੇ ਹਨ। ਸਾਧ ਸੰਗ ਨਾਨਕ ਬੁੱਧ ਪਾਈ, ਮਹਾਰਾਜ ਕਹਿੰਦੇ ਇਹ ਬੁੱਧੀ, ਇਹ ਜਿਹੜੀ ਦਾਤ ਹੈ ਨਾ ਸਾਧ ਸੰਗਤ ਵਿੱਚ ਪ੍ਰਾਪਤ ਹੁੰਦੀ ਹੈ। ਹਰ ਕੀਰਤਨ ਆਧਾਰੋ, ਹਰ ਪਰਮਾਤਮਾ ਵਾਹਿਗੁਰੂ ਦੇ ਕੀਰਤਨ ਦਾ ਆਧਾਰੋ ਆਸਰਾ ਲੈ ਕਰਕੇ। ਨਾਮ ਦਿਓ ਤ੍ਰਿਲੋਚਨ ਕਬੀਰ ਦਾਸਰੋ, ਨਾਮ ਦਿਓ ਤ੍ਰਿਲੋਚਨ ਕਬੀਰ ਦਾਸਰੋ,
ਮੁਕਤ ਭਇਓ ਜਮਿਆਰੋ। ਸੋ ਸਤ ਸੰਗਤ ਜੀ, ਸਾਰੇ ਸ਼ਬਦ ਦਾ ਅਰਥ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹਨ। ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੋ। ਇਹ ਸਾਧ ਸੰਗਤ ਵਿੱਚ ਜਦੋਂ ਕੀਰਤਨ ਗੁਰੂ ਕੀ ਬਾਣੀ ਦਾ ਲਗਾਤਾਰ ਜੋ ਪ੍ਰਾਣੀ ਸਰਵਣ ਕਰਦੇ ਹਨ, ਉਹਨਾਂ ਨੂੰ ਇਹਨਾਂ ਗੱਲਾਂ ਦਾ, ਇਹਨਾਂ ਬਚਨਾਂ ਦਾ ਪਤਾ ਲੱਗਦਾ ਕਿ ਗੁਰੂ ਸਾਹਿਬ ਕੀ ਬਚਨ ਕਰਦੇ ਹਨ। ਇੱਕ ਤਾਂ ਅਸੀਂ ਸਾਡੇ ਵਰਗੇ ਤਾਂ ਸਿਰਫ ਅਰਥ ਕਰ ਸਕਦੇ ਹਾਂ ਨਾ, ਪਰ ਇਹ ਸਾਧ ਸੰਗਤ ਜੀ ਲੋਕ ਜਾਣੇ ਉਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਬਾਣੀ ਦਾ ਬ੍ਰਹਮ ਵਿਚਾਰ ਹੈ ਸਭ। ਤਾਂ ਸਤਿਗੁਰੂ ਕਹਿੰਦੇ ਹਰ ਕੀਰਤਨ ਆਧਾਰੋ, ਜਿਨ੍ਹਾਂ ਨੇ ਕੀਰਤਨ ਨੂੰ ਆਧਾਰੋ ਆਸਰਾ ਬਣਾ ਲਿਆ। ਅੱਗੇ ਮਾਰੇ ਕਹਿੰਦੇ ਨਾਮ ਦਿਓ ਤ੍ਰਿਲੋਚਨ ਕਬੀਰ ਦਾਸਰੋ, ਮੁਕਤ ਭਇਓ ਚਮਿਆਰੋ। ਇਹ ਕਿਉਂ ਬਚਨ ਕਹੇ ਹਨ? ਸਤਿ ਸੰਗਤ ਜੀ, ਜੋ ਭਾਰਤ ਦੇ ਅਮੀਰ ਲੋਕ ਸਨ ਨਾ, ਬ੍ਰਾਹਮਣ ਲੋਕ, ਉਹ ਬਹੁਤ ਸਾਰਾ ਨੀਵਾਂ ਸਮਝਦੇ ਸਨ। ਅੱਜ ਵੀ ਜਿਹੜੇ ਸਾਡੇ ਯੂਪੀ ਆਦਿ ਦੇ ਇਲਾਕਿਆਂ ਵਿੱਚ ਨਾ, ਬਹੁਤ ਹੀ ਕਹਿ ਲਓ ਕਿ ਜਾਤ ਪਾਤ ਦਾ ਕਰਦੇ ਹਨ ਲੋਕਾਂ ਦੇ ਨਾਲ। ਚਲੋ ਜਿਹੜਾ ਹੈ ਗੋਤ ਜਾਤ, ਉਹ ਤਾਂ ਰਹਿਣਾ ਹੀ ਹੈ ਬੰਦੇ ਦਾ, ਪਰ ਧਾਰਮਿਕ ਮਸਲੇ 'ਤੇ ਹੈ। ਸਤਿਗੁਰੂ ਮਹਾਰਾਜ ਕਹਿੰਦੇ ਹਨ ਕਿ ਜਿਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ ਹੈ, ਔਰ ਕਿਨ੍ਹਾਂ ਕਿਨ੍ਹਾਂ ਨੇ ਪਾਇਆ ਹੈ? ਸਤਿਗੁਰੂ ਕਹਿੰਦੇ ਨਾਮ ਦਿਓ। ਆਪ ਜੀ ਸਾਰੇ ਜਾਣਦੇ, ਭਗਤ ਨਾਮਦੇਵ ਜੀ ਦਾ ਇਲਾਕਾ ਵੀ ਇੱਧਰ ਹੈ ਜਿੱਥੇ ਉਹਨਾਂ ਨੇ ਆਪਣਾ ਸਰੀਰ ਤਿਆਗਿਆ। ਨਾਮ ਦਿਓ ਤ੍ਰਿਲੋਚਨ ਕਬੀਰ ਦਾਸਰੋ, ਭਗਤ ਤ੍ਰਿਲੋਚਨ ਜੀ, ਭਗਤ ਰਵਿਦਾਸ ਜੀ, ਭਗਤ ਕਬੀਰ ਸਾਹਿਬ ਜੀ ਇਤਿਆਦਿ ਸਾਰੇ, ਭਾਈ ਗੁਰਦਾਸ ਸਾਹਿਬ ਨੇ ਬੜੇ ਵਧੀਆ ਉਦਾਹਰਣ ਦੇ ਕਰਕੇ ਕਿ ਭਗਤਾਂ ਦਾ ਕੀ ਦਰਜਾ ਹੁੰਦਾ ਸੰਸਾਰ ਦੇ ਵਿੱਚ। ਉਹਨਾਂ ਨੇ ਦੱਸਿਆ ਕਿ ਅਸੁਰ ਭਭੀਖਣ ਭਗਤ ਹੈ, ਬਿਦਰ ਧਰੂ ਵਿਖਲੀ ਸਰਣਾਈ। ਰਾਵਣ ਦਾ ਭਰਾ ਸੀ ਭਵੀਖਣ, ਉਹ ਕਹਿੰਦੇ ਰਾਕਸ਼ਸਾਂ ਦੇ ਵਿੱਚੋਂ ਹੋਇਆ, ਪਰ ਉਹਨਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਹੈ। ਔਰ ਧੰਨਾ ਜਟ ਵਖਾਣੀਆਂ ਸਦਨਾ ਜਾਤ ਆਜ਼ਾਦ ਕਸਾਈ। ਭਗਤ ਧੰਨਾ ਜੀ ਜੱਟਾਂ ਦੇ ਵਿੱਚੋਂ ਹੋਏ ਹਨ, ਔਰ ਭਗਤ ਸਦਨਾ ਜੀ ਜਿਹੜੇ ਉਹ ਕਸਾਈਆਂ ਦੇ ਵਿੱਚੋਂ ਹੋਏ ਹਨ। ਜਾਤ ਉਹਨਾਂ ਦੀ ਕੀ ਸੀ, ਪਰ ਉਹਨਾਂ ਨੇ ਕੀਤਾ ਕੀ ਹੈ? ਜੋ ਕੀਤਾ ਉਹ ਉਹਨਾਂ ਨੇ ਆਪਣੀ ਬਾਣੀ ਵਿੱਚ ਫਿਰ ਦਰਜ ਕੀਤਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਚੇਤੇ ਕਰਾ ਰਹੇ ਹਨ ਕਿ ਉਹਨਾਂ ਨੇ ਉਹਨਾਂ ਦਾ, ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਫਟਕਾਰਿਆ ਸੀ ਵੀ ਨੀਵੇਂ ਹਨ, ਇਹ ਪਰਮਾਤਮਾ ਦੀ ਭਗਤੀ ਨਹੀਂ ਕਰ ਸਕਦੇ, ਉਹਨਾਂ ਵਾਸਤੇ ਸਤਿਗੁਰਾਂ ਨੇ ਫਿਰ ਇਹ ਸ਼ਬਦ ਉਚਾਰੇ ਕਿ ਭਾਈ ਉਹ ਕਿੱਥੇ ਪਹੁੰਚ ਗਏ? ਕਹਿੰਦੇ ਕਬੀਰ ਭਗਤ ਕਬੀਰ ਜੁਲਾਹੜਾ, ਨਾਮਾ ਛੀਬਾ ਹਰ ਗੁਣ ਗਾਈ, ਕੁਲ ਰਵਿਦਾਸ ਚਮਾਰ ਹੈ ਸੈਣ ਸੁਨਾਤੀ ਅੰਦਰ ਨਾਈ। ਇਹਨਾਂ ਸਾਰਿਆਂ ਦੇ ਭਾਵੇਂ ਲੋਕਾਂ ਨੇ ਨੀਵੀਂ ਜਾਤ ਵਾਲਾ ਕਿਹਾ ਹੈ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤੇ ਹਨ, ਕਹਿੰਦੇ ਕੋਇਲ ਪਾਲੇ ਕਾਬੜੀ, ਅੰਤ ਮਿਲੇ ਆਪਣੇ ਕੁਲ ਜਾਈ, ਕਿਸਨ ਜਸੋਧਾ ਪਾਲਿਆ ਵਾਸਦੇਵ ਕੁਲ ਕਬਲ ਸਦਾਈ, ਘੇ ਭਾਂਡਾ ਨਾ ਵਿਚਾਰੀਐ ਭਗਤਾ ਜਾਤ ਸਨਾਤ ਨਾ ਕਾਈ, ਚਰਨ ਕਬਲ ਸਤਿਗੁਰ ਸਰਨਾਈ। ਸਤਿ ਸੰਗਤ ਜੀ, ਮਹਾਰਾਜ ਭਗਤ ਕਬੀਰ ਭਗਤ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਭਗਤਾਂ ਦੀ ਜਾਤ ਜਿਹੜੀ ਹੈ ਨਾ, ਜਿਵੇਂ ਘਿਓ ਹੈ, ਭਾਂਡਾ ਹੈ ਨਾ, ਘਿਓ ਜਿਹੜਾ ਨਾ ਉਹ ਕਿਸੇ ਭਾਂਡੇ 'ਚ ਰੱਖ ਦਿਓ, ਕਦੇ ਖਰਾਬ ਨਹੀਂ ਹੁੰਦਾ ਅਸਲੀ ਘਿਓ। ਔਰ ਸਤਿ ਸੰਗਤ ਜੀ ਕਹਿੰਦੇ ਭਗਤਾਂ ਦੀ ਜਿਹੜੀ ਕੋਈ ਜਾਤ ਪਤ ਨਹੀਂ ਹੁੰਦੀ ਹੈ,
ਔਰ ਭਾਵੇਂ ਹੁੰਦੀ ਵੀ ਹੈ, ਪਰ ਜਿਨ੍ਹਾਂ ਨੇ ਪਰਮਾਤਮਾ ਵਾਹਿਗੁਰੂ ਨੂੰ ਪਾ ਲਿਆ ਉਹਨਾਂ ਦੇ ਚਰਨਾਂ ਦੇ ਵਿੱਚ ਤਾਂ ਵੱਡੇ ਤੋਂ ਵੱਡੇ ਨਮਸਕਾਰਾਂ ਕਰਦੇ ਹਨ। ਭਗਤ ਰਵਿਦਾਸ ਸਾਹਿਬ ਜੀ ਜਾ ਰਹੇ ਸਨ, ਕਾਂਸੀ ਦੇ ਵਿੱਚ ਜਾ ਰਹੇ ਸਨ, ਅਤੇ ਜੋ ਕਾਂਸੀ ਦੇ ਵਿੱਚ ਸਭ ਤੋਂ ਹੈੱਡ ਬ੍ਰਾਹਮਣ ਸਨ ਨਾ, ਉਹਨਾਂ ਨੂੰ ਨਾਗਰ ਕਿਹਾ ਜਾਂਦਾ ਹੈ, ਨਾਗਰ ਜਨਾ। ਉਸ ਪ੍ਰਧਾਨ ਬ੍ਰਾਹਮਣ ਸਾਰਿਆਂ ਦਾ ਪ੍ਰਧਾਨ ਸੀ, ਉਹਨੇ ਡੰਡੌਤ ਬੰਦਨ ਕਰ ਦਿੱਤੀ ਭਗਤ ਰਵਿਦਾਸ ਜੀ ਨੂੰ। ਉਹ ਥੋੜ੍ਹਾ ਬੰਦਗੀ ਵਾਲਾ ਸੀ, ਉਹਨੇ ਦੇਖ ਲਿਆ ਕਿ ਇਹ ਹੁਣ ਆਮ ਰੂਪ ਨਹੀਂ ਰਹਿ ਗਿਆ। ਤਾਂ ਭਗਤ ਰਵਿਦਾਸ ਸਾਹਿਬ ਜੀ ਨੂੰ ਜਦੋਂ ਪੁੱਛਿਆ ਗਿਆ ਕਿ ਤੁਹਾਨੂੰ ਇਹ ਇੰਨੀਆਂ ਨਮਸਕਾਰਾਂ ਕਿਉਂ ਹੁੰਦੀਆਂ ਹਨ, ਤਾਂ ਉਸ ਵਕਤ ਭਗਤ ਰਵਿਦਾਸ ਸਾਹਿਬ ਨੇ ਸਤਸੰਗ ਜੀ ਮਲਾਰ ਰਾਗ ਦੇ ਵਿੱਚ ਸ਼ਬਦ ਉਚਾਰ ਕਰਕੇ ਦੱਸਿਆ ਸੀ। ਉਹਨਾਂ ਨੇ ਵਚਨ ਕੀਤਾ, ਨਾਗਰ ਜਨਾ, ਇਹ ਨਗਰ ਦੇ ਜਨਾ, ਨਗਰ ਦੇ ਬ੍ਰਾਹਮਣ ਲੋਕੋ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰਗ, ਮੇਰੀ ਭਾਵੇਂ ਚਮਾਰ ਜਾਤੀ ਹੈ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰਗ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਕਹਿੰਦੇ ਮੇਰੇ ਪਰਮਾਤਮਾ ਵਾਹਿਗੁਰੂ ਦਾ ਨਾਮ ਮੇਰੇ ਹਿਰਦੇ ਵਿੱਚ ਵਸਿਆ ਹੈ। ਔਰ ਉਹਨਾਂ ਨੇ ਸਾਧ ਸੰਗਤ ਜੀ ਫਿਰ ਦੋ ਉਦਾਹਰਨਾਂ ਬਹੁਤ ਵਧੀਆ ਦਿੱਤੀਆਂ ਹਨ। ਭਗਤ ਰਵਿਦਾਸ ਸਾਹਿਬ ਜੀ ਨੇ ਕਿਹਾ, ਕਹਿੰਦੇ ਸੁਰਸਰੀ ਸਲਲ ਕਿਰਤ ਬਾਰਨੀ ਰੇ, ਸੰਤ ਜਨ ਕਰਤ ਨਹੀਂ ਪਾਨੰ, ਸੁਰਾ ਅਪਵਿੱਤਰ ਨਤ ਅਵਲ ਜ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਏ ਆਨੰਗ। ਕਹਿੰਦੇ ਸੁਰਸਰੀ ਸਲਲ ਕਿਰਤ ਬਾਰਨੀ ਰੇ, ਸੁਰਸੁਰੀ ਕਹਿੰਦੇ ਗੰਗਾ ਨੂੰ, ਕਿਰਤ ਕਹਿੰਦੇ ਯਤਨ ਕਰਕੇ, ਬਾਰਨੀ ਕਹਿੰਦੇ ਸ਼ਰਾਬ ਨੂੰ। ਕਹਿੰਦੇ ਗੰਗਾ ਜਲ ਦੀ ਯਤਨ ਕਰਕੇ ਸ਼ਰਾਬ ਕੱਢੀ ਹੋਵੇ। ਗੰਗਾ ਜਲ ਦੀ, ਗੰਗਾ ਜਲ ਨੂੰ ਬੜਾ ਪਵਿੱਤਰ ਮੰਨਿਆ ਗਿਆ ਨਾ, ਗੰਗਾ ਜਲ ਦੀ ਸ਼ਰਾਬ ਕੱਢੀ ਗਈ ਹੋਵੇ ਔਰ ਬੜੇ ਵਧੀਆ ਤਰੀਕੇ ਨਾਲ ਕੱਢ ਕਰਕੇ ਸੰਤਾਂ ਅੱਗੇ ਪੇਸ਼ ਕੀਤੀ ਹੋਵੇ। ਕਵੇ ਕਿ ਮਹਾਰਾਜ ਇਹ ਮਹਾਂਪੁਰਸ਼ ਇਹ ਗੰਗਾ ਜਲ ਦੀ ਸ਼ਰਾਬ ਬਣੀ ਹੋਈ ਆ। ਕਹਿੰਦੇ ਸੰਤ ਜਨ ਕਰਤ ਨਹੀਂ ਪਾਨੰ, ਸੰਤ ਜਨ ਫਿਰ ਉਸਦਾ ਸੇਵਨ ਨਹੀਂ ਕਰ ਸਕਦਾ। ਔਰ ਦੂਸਰੀ ਉਦਾਹਰਨ ਕਹਿੰਦੇ, ਪਹਿਲੀ ਉਦਾਹਰਨ ਸੁਰਸਰੀ ਸਲਲ ਕਿਰਤ ਬਾਰਨੀ ਰੇ, ਸੰਤ ਜਨ ਕਰਤ ਨਹੀਂ ਪਾਨੰ। ਦੂਸਰੀ ਉਦਾਹਰਨ ਹੈ ਸੁਰਾ ਅਪਵਿੱਤਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਏ ਆਨੰਦ। ਇੱਧਰੋਂ ਕਹਿੰਦੇ ਗੰਗਾ ਜਲ ਦੀ ਸ਼ਰਾਬ ਕੱਢ ਕਰਕੇ ਸੰਤਾਂ ਮਹਾਂਪੁਰਸ਼ਾਂ ਨੂੰ ਦਿੱਤੀ ਜਾਵੇ, ਪੀਂਦੇ ਨਹੀਂ ਹਨ, ਪਰ ਸ਼ਰਾਬ ਮਲਮੂਤਰ ਹੋਰ ਵੀ ਗੰਦਾ ਪਾਣੀ, ਸੁਰਾ ਅਪਵਿੱਤਰ ਨਤ ਹੋਰ ਅਪਵਿੱਤਰ ਨਤ ਜਿਹੜਾ ਜਲ ਆਦਿ ਕਹਿੰਦਾ ਗੰਦਾ ਮਿੰਦਾ ਪਾਣੀ, ਸੁਰਾ ਅਪਵਿੱਤਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਏ ਆਨੰਦ। ਕਹਿੰਦੇ ਉਹ ਗੰਗਾ ਵਿੱਚ ਪੈ ਜਾਏ ਤਾਂ ਉਹਦਾ ਕੋਈ ਫਰਕ ਨਹੀਂ ਰਹਿੰਦਾ ਕਿ ਇਹਦੇ ਵਿੱਚ ਕਿੱਥੋਂ ਕਿਹੜਾ ਗੰਦਾ ਪਾਣੀ ਪਿਆ। ਸਾਰੇ ਪਵਿੱਤਰ ਜਾਣ ਕਰਕੇ ਇਸ਼ਨਾਨ ਕਰਦੇ, ਜਲ ਛਕਦੇ, ਸਨਾਤਨ ਮਤ ਦੇ ਵਿੱਚ ਉਹਦਾ ਬੜਾ ਵੱਡਾ ਦਰਜਾ ਦਿੱਤਾ ਗਿਆ ਪਵਿੱਤਰਤਾ ਦਾ। ਸੋ ਸਾਧ ਸੰਗਤ ਜੀ, ਭਗਤ ਰਵਿਦਾਸ ਸਾਹਿਬ ਕਹਿੰਦੇ ਸੁਰਸਰੀ ਮਿਲਤ ਨਹਿ ਹੋਏ ਆਨੰਦ, ਜਿਵੇਂ ਉਹ ਗੰਗਾ ਵਿੱਚ ਮਿਲ ਕਰਕੇ ਉਸ ਗੰਦੇ ਪਾਣੀ ਦਾ ਦਰਜੇ ਖਤਮ ਹੋ ਜਾਂਦਾ ਹੈ। ਪਰਮਾਤਮਾ ਵਾਹਿਗੁਰੂ ਦੀ ਭਗਤੀ ਕਰਕੇ ਜਿਹੜੇ ਸੰਤ ਜਨ ਹਨ ਨਾ, ਉਹਨਾਂ ਦਾ ਨੀਵਾਂ ਹੋਰ ਵੀ ਜੋ ਲੋਕਾਂ ਨੇ ਕਿਹਾ ਕਹਿੰਦੇ ਉਹ ਸਾਰਾ ਕੁਛ ਖਤਮ ਹੋ ਜਾਂਦਾ ਹੈ। ਦੂਸਰੀ ਉਦਾਹਰਣ ਇੱਕ ਹੋਰ ਬਹੁਤ ਵਧੀਆ ਦਿੱਤੀ,
ਉਹ ਕਹਿੰਦੇ ਤਰਤਾਰ ਅਪਵਿੱਤਰ ਕਰ ਜਾਣੀਐ ਰੇ। ਤਰਤਾਰ ਦਾ ਹੁੰਦਾ ਦਰਖਤ ਜਿਹਦੇ ਆ ਤੁਸੀਂ ਦੇਖੋਗੇ ਬੀੜੀ ਬਣਦੀ ਨਾ, ਆ ਬੀੜੀ ਤੰਬਾਕੂ ਜਿਹੜਾ ਕੁਛ ਬਣਦਾ ਉਹਦੇ ਪੱਤਿਆਂ ਦਾ ਬਣਦਾ ਹੈ, ਅਪਵਿੱਤਰ ਮੰਨਿਆ ਗਿਆ। ਜਿਹਦੇ ਵਿੱਚ ਤੰਬਾਕੂ ਪੈਕਿੰਗ ਹੁੰਦੀ ਅਤੇ ਬੀੜੀ ਬਣਦੀ ਹੈ। ਕਹਿੰਦੇ ਤਰਤਾਰ ਪਵਿੱਤਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰਨ। ਉਹਦੇ ਕਾਗਜ਼ ਨੂੰ ਵੀ ਅਨਪਵਿੱਤਰ ਮੰਨਿਆ ਗਿਆ, ਜੂਠਾ ਮੰਨਿਆ ਗਿਆ। ਉਹਦਾ ਕਾਗਜ਼ ਵੀ ਬਣਦਾ ਅਤੇ ਉਹ ਕਾਗਜ਼ ਚੱਲਦਾ ਬੜੇ ਚਿਰ ਤੱਕ ਆ। ਤਾਂ ਕਹਿੰਦੇ ਤਰਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰ। ਕਹਿੰਦੇ ਭਗਤ ਭਾਗਵਤ ਲਿਖਿਆ ਤੇ ਉਪਰੇ ਪੂਜੀਏ ਕਰ ਨਮਸਕਾਰ। ਭਗਤੀ ਦੇ ਅੱਖਰ ਉਹਦੇ ਵਿੱਚ ਲਿਖੇ ਜਾਣ, ਕਹਿੰਦੇ ਫਿਰ ਉਸੇ ਕਾਗਜ਼ ਨੂੰ ਲੋਕ ਮੱਥਾ ਵੀ ਟੇਕਦੇ ਆ। ਸੰਤ ਮਸਕੀਨ ਜੀ ਦੇ ਨਾਲ ਇੱਕ ਕਿਸੇ ਹੋਰ ਮਤ ਵਾਲੇ ਨੇ ਸਵਾਲ ਕਰਤਾ ਸੀ ਕਿ ਤੁਹਾਡੇ ਗੁਰੂ ਗ੍ਰੰਥ ਸਾਹਿਬ ਫਿਰ ਤਾਂ ਕਾਗਜ਼ ਦੇ ਹੋ ਗਏ, ਤੁਸੀਂ ਕਾਗਜ਼ ਦੇ ਪੁਜਾਰੀ ਹੋ ਜੇ ਅਸੀਂ ਪੱਥਰ ਦੇ ਪੁਜਾਰੀ। ਉਹ ਕਹਿੰਦੇ ਜੇ ਕਾਗਜ਼ ਦੇ ਪੁਜਾਰੀ ਹੋਈਏ ਫਿਰ ਅਸੀਂ ਅਖਬਾਰ ਦੇ ਪੁਜਾਰੀ ਵੀ ਹਾਂ, ਅਸੀਂ ਕਿਤਾਬਾਂ ਦੇ ਪੁਜਾਰੀ ਵੀ ਹਾਂ। ਉਹ ਕਹਿੰਦੇ ਕਾਗਜ਼ ਦੇ ਪੁਜਾਰੀ ਨਹੀਂ ਅਸੀਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਬਾਣੀ ਲਿਖੀ ਹੋਈ ਹੈ ਨਾ ਉਹਦੇ ਪੁਜਾਰੀ ਹਾਂ, ਉਸ ਬਾਣੀ ਨੂੰ ਮੰਨਦੇ ਹਾਂ। ਖਾਲੀ ਕਾਗਜ਼ ਦਾ ਫਿਰ ਤਾਂ ਅਖਬਾਰ ਵੀ ਸਤਿਕਾਰ ਯੋਗ ਹੈ। ਕਹਿੰਦੇ ਕਾਗਜ਼ ਗੁਰੂ ਨਹੀਂ ਸਾਡਾ, ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਦਰਜ ਜਿਸ ਪਾਵਨ ਕਾਗਜ਼ ਦੇ ਉੱਪਰ, ਉਹ ਬਾਣੀ ਉਹਦੇ ਕਰਕੇ ਕਾਗਜ਼ ਦਾ ਵੀ ਸਤਿਕਾਰ ਹੁੰਦਾ ਹੈ। ਤਾਂ ਇਹ ਬਚਨ ਉਹਨਾਂ ਦੇ ਸਨ। ਭਗਤ ਰਵਿਦਾਸ ਸਾਹਿਬ ਕਹਿੰਦੇ ਕਿ ਉਹ ਜਿਹੜਾ ਹੈ ਨਾ, ਭਾਵੇਂ ਉਹ ਪੱਤਾ ਬੜਾ ਅਪਵਿੱਤਰ ਮੰਨਿਆ ਗਿਆ, ਪਰ ਜਿਸ ਦਿਨ ਉਹਦੇ ਉੱਪਰ ਭਗਤੀ ਦੇ ਚਾਰ ਅੱਖਰ ਲਿਖੇ ਗਏ ਉਸੇ ਕਾਗਜ਼ ਨੂੰ ਨਮਸਕਾਰਾਂ ਹੁੰਦੀਆਂ ਹਨ। ਪ੍ਰਤੱਖ ਉਦਾਹਰਣ ਤੁਹਾਡੇ ਸਾਹਮਣੇ ਹੈ। ਰਵਿਦਾਸ ਸਾਹਿਬ ਜੀ ਨੇ ਕਿਹਾ ਕਿ ਹੁਣ ਭਾਵੇਂ ਮੇਰੀ ਜਾਤ ਬੜੀ ਨੀਵੀਂ ਮੰਨੀ ਗਈ ਹੈ, ਪਰ ਉਹ ਕਹਿਣ ਲੱਗੇ ਕਿ ਜਿਵੇਂ ਉਹ ਦੋਵੇਂ ਚੀਜ਼ਾਂ ਪਵਿੱਤਰ ਹੋ ਜਾਂਦੀਆਂ ਹਨ ਨਾ, ਪਰਮਾਤਮਾ ਦੇ ਨਾਲ ਮਿਲ ਕਰਕੇ ਭਗਤ ਵੀ ਪਵਿੱਤਰ ਹੋ ਜਾਂਦੇ ਹਨ। ਕਹਿੰਦੇ ਮੇਰੀ ਜਾਤ ਕੁੱਟ ਬਾਂਡਲਾ ਢੋ ਢੋਬੰਤਾ ਨਿਤਹ ਬਨਾਰਸੀ ਆਸ ਪਾਸਾ। ਮੇਰੀ ਜਿਹੜੀ ਜਾਤ ਦੇ ਲੋਕ ਅੱਜ ਵੀ ਬਨਾਰਸ ਦੇ ਆਸੇ ਪਾਸੇ ਨਿਵੇਂ ਲੋਕ ਰਹਿੰਦੇ ਹਨ, ਔਰ ਮਰੇ ਹੋਏ ਪਸ਼ੂਆਂ ਦਾ ਉਹ ਜਿਹੜਾ ਚੰਮ ਆਦਿਕ ਦਾ ਕੰਮ ਕਰਦੇ ਹਨ, ਢੋਂਦੇ ਹਨ। ਪਰ ਕਹਿੰਦੇ ਅਬ ਵਿਪਰ ਪ੍ਰਧਾਨ, ਵਿਪਰਾਂ ਦਾ ਜੋ ਪ੍ਰਧਾਨ ਹੈ ਨਾ, ਅਬ ਵਿਪਰ ਪ੍ਰਧਾਨ ਤਹਿ ਕਰਹਿ ਡੰਡੌਤ ਤੇਰੇ ਨਾਮ ਸਰਨਾਏ ਰਵਿਦਾਸ ਦਾਸਾ। ਕਹਿੰਦੇ ਬ੍ਰਾਹਮਣਾਂ ਦਾ ਹੈੱਡ ਜਿਹੜਾ ਪ੍ਰਧਾਨ ਹੈ ਉਹ ਸਾਨੂੰ ਨਮਸਕਾਰਾਂ ਕਰ ਰਿਹਾ, ਚਰਨੀ ਪੈ ਰਿਹਾ, ਕਿਉਂ? ਤੇਰੇ ਨਾਮ ਸਰਨਾਏ ਰਵਿਦਾਸ ਦਾਸਾ, ਤੇਰੇ ਨਾਮ ਦੀ ਸ਼ਰਨ ਲੈ ਕਰਕੇ। ਸਤਸੰਗ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਭਗਤ ਨਾਮਦੇਵ ਜੀ ਨੂੰ ਛੀਪਾ ਕਹਿ ਕਰਕੇ ਬਹੁਤ ਸਾਰੇ ਲੋਕਾਂ ਨੇ ਜਿਹੜਾ ਹੈ ਜਾਤ ਅਜਾਤ ਦਾ ਬੜਾ ਭੇਦ ਰੱਖਿਆ ਸੀ, ਪਰ ਪਰਮਾਤਮਾ ਨੇ ਕਿਰਪਾ ਕੀਤੀ, ਨਾਮ ਦਿਓ ਤ੍ਰਿਲੋਚਨ ਕਬੀਰ ਦਾਸ ਰੋ। ਭਗਤ ਤ੍ਰਿਲੋਚਨ ਜੀ, ਭਗਤ ਕਬੀਰ ਸਾਹਿਬ ਜੀ ਮੁਕਤ ਭਇਓ ਚੰਮਿਆਰੋ। ਭਗਤ ਰਵਿਦਾਸ ਸਾਹਿਬ ਵੀ ਉਹ ਵੀ ਮੁਕਤ ਹੋ ਗਏ, ਭਾਵ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਬਾਣੀ ਜਿਹੜੀ ਹੈ ਉਹ ਮੁਕਤ ਕਰ ਦਿੰਦੀ ਹੈ। ਭਗਤ ਰਵਿਦਾਸ ਸਾਹਿਬ ਜੀ ਦੇ ਨਾਲ ਬੜੀਆਂ ਵਿਚਾਰਾਂ ਹੋਈਆਂ, ਬਹੁਤ ਸਾਰੇ ਪੰਗੜ। ਹੁਣ ਉਹਨਾਂ ਦੇ ਹੈੱਡਕੁਆਟਰ ਸੀ ਜਿੱਥੇ ਇਹ ਜਾਤ ਪਾਤ ਦਾ ਐਲਾਨ ਕੀਤਾ ਜਾਂਦਾ ਸੀ, ਉਸ ਧਰਤੀ 'ਤੇ ਜੰਮ ਕਰਕੇ ਉਹਨਾਂ ਦਾ ਵਿਰੋਧ ਕਰਨਾ, ਸੱਚਾਈ ਦੱਸਣੀ ਬੜਾ ਔਖਾ ਹੈ ਖਾਲਸਾ ਜੀ।
ਉਹਨਾਂ ਨੇ ਕਈ ਵਾਰ ਬਚਨ ਕੀਤੇ ਕਿ ਹਰ ਜਪਤ ਤੇਉ ਜਨਾ ਪਦਮ ਕਵਲਾਸ ਪਤ ਤਾਸ ਸਮਤੁਲ ਨਹੀਂ ਆਨ ਕੋ ਏਕ ਹੀ ਏਕ ਅਨੇਕ ਹੋਈ ਵਿਸਥਰਿਓ ਆਨ ਰੇ ਆਨ ਭਰਪੂਰ ਸੋ। ਉਹਨਾਂ ਨੇ ਬੜੇ ਬਚਨ ਕੀਤੇ ਹਨ ਔਰ ਬੜੀ ਵਾਰ ਉਹਨਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਕਿਹਾ ਕਿ ਤੁਸੀਂ ਜਿਨ੍ਹਾਂ ਨੂੰ ਬਹੁਤ ਨੀਵਾਂ ਸਮਝਦੇ ਹੋ ਨਾ, ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ, ਐਸਾ ਸਹਿਰ ਪਾਇਆ ਐਸੇ ਵਸਨੀਕ ਹੋਏ ਹਾਂ, ਉਹ ਕਿਵੇਂ ਹੋਏ? ਪਰਮਾਤਮਾ ਦੇ ਨਾਮ ਦੇ ਨਾਲ ਹੋਏ। ਸਤਸੰਗਤ ਜੀ, ਪਰਮਾਤਮਾ ਦੀ ਵਾਹਿਗੁਰੂ ਦੀ ਬੰਦਗੀ ਜਿਨ੍ਹਾਂ ਨੇ ਪਿਆਰ ਦੇ ਨਾਲ ਕੀਤੀ ਹੈ ਨਾ, ਉਹਨਾਂ ਦੀ ਜਾਤ ਕੁਜਾਤ ਨਹੀਂ ਦੇਖੀ ਗਈ। ਉਸ ਵਾਹਿਗੁਰੂ ਨੇ ਉਹਨਾਂ ਨੂੰ ਆਪਣਾ ਹੀ ਰੂਪ ਬਖਸ਼ ਦਿੱਤਾ। ਮਾਰੇ ਕਹਿੰਦੇ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ। ਸਾਰਿਆਂ ਨੇ ਫਿਰ ਉਹਨਾਂ ਨੂੰ ਨਮਸਕਾਰਾਂ ਕੀਤੀਆਂ ਹਨ, ਉਹਨਾਂ ਨੂੰ ਪੂਜਿਆ ਗਿਆ ਹੈ। ਅੱਜ ਵੀ ਵੇਖੋ ਕਾਸ਼ੀ ਦੇ ਵਿੱਚ, ਬਨਾਰਸ ਦੇ ਵਿੱਚ ਬਹੁਤ ਸਾਰੇ ਮੰਦਰ ਭਗਤ ਕਬੀਰ ਜੀ ਦੇ, ਭਗਤ ਰਵਿਦਾਸ ਜੀ ਦੇ ਬਣੇ ਹੋਏ ਹਨ। ਮਹਾਰਾਸ਼ਟਰ ਦੇ ਵਿੱਚ ਭਗਤ ਨਾਮਦੇਵ ਜੀ ਦੇ ਬਹੁਤ ਸਾਰੇ ਅਸਥਾਨ ਬਣੇ ਹਨ। ਤਾਂ ਜਿਹੜੇ ਬ੍ਰਾਹਮਣ ਲੋਕ ਉਹਨਾਂ ਨੂੰ ਆਪਣੇ ਕੋਲ ਬਿਠਾਉਣ ਦੇ ਵਿੱਚ ਵੀ ਜੂਠਨ ਮੰਨਦੇ ਸਨ, ਅੱਜ ਉਹੀ ਉਸ ਮੰਦਰ ਦੇ ਪ੍ਰਬੰਧਕ ਬਣੇ ਹਨ। ਉਹ ਸਾਰੇ ਚੜਾਵਾ ਵੀ ਖਾਂਦੇ ਹਨ। ਤਾਂ ਇਹ ਹੁੰਦਾ ਸਗਲ ਕਰਤ ਨਮਸਕਾਰ, ਉਹ ਸਾਰੇ ਚਰਨੀ ਪੈਂਦੇ ਹਨ। ਸੋ ਐਸਾ ਪਰਮਾਤਮਾ ਦਾ ਨਾਮ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਬਦ ਦੀ ਦਾਤ ਬਖਸ਼ਿਸ਼ ਕੀਤੀ ਹੈ, ਦਾਸ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਤੋਂ ਸਮਰਥ ਬਖਸ਼ਣੀ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ। ਦੇਹੋ ਸੱਜਣ ਅਸੀਂ ਸੜੀਆ, ਜਿਉ ਹੋਵੇ ਸਾਹਿਬ ਸਿਉ ਮੇਲ। ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੋ। ਨਾਮ ਦੇਉ ਤ੍ਰਿਲੋਚਨ ਕਬੀਰ ਦਾਸਰੋ, ਮੁਕਤ ਭਇਓ ਚਮਿਆਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ, ਮਾਨ ਵੱਜਿਆ ਵਾਧਾਈਆ। ਰਾਗ ਰਤਨ ਪਰਵਾਰ ਪਰੀਆ, ਸਬਦ ਗਾਵਣ ਆਈਆ, ਸਬਦੋਤਾ ਗਾਵਹ ਹਰੀ ਕੇਰਾ, ਮਾਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਾਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ।